ਸਤਿਗੁਰੂ ਸੱਜੇ ਸਰ ਦਿਸ ਇਜ਼ ਸਾਇਲ ਫਰਮ ਸਕਾਈ ਨਿਊਜ਼ ਤੇ ਆਪਾਂ ਪੰਜਾਬੀ ਚ ਗੱਲ ਕਰਨੀ ਹੈ ਕਿਉਂਕਿ ਤੁਹਾਨੂੰ ਪੰਜਾਬੀ ਆਉਂਦੀ ਹੈ ਆਈ ਥਿੰਕ ਸੋ ਹਾਂਜੀ ਗੱਲ ਕਰੋ ਪੰਜਾਬੀ ਸੋ ਪਹਿਲਾ ਸਵਾਲ ਸੱਜੇ ਜੀ ਇਹ ਹੈਗਾ ਇੱਕ ਤੁਹਾਡੇ ਉੱਤੇ ਇੱਕ ਗਾਣਾ ਪੰਜਾਬ ਦੇ ਵਿੱਚ ਪੜਿਆ ਸੀਗਾ ਜਿਸ ਸਿੰਗਰ ਨੇ ਉਹ ਗਾਣਾ ਗਾਇਆ ਅੱਜ ਸਾਡੇ ਚ ਮੌਜੂਦ ਨਹੀਂ ਹੈ ਦੁਨੀਆਂ ਚ ਨਹੀਂ ਹੈ ਕੋਈ ਕਾਰਨ ਹੋਇਆ ਸੀਗਾ ਸੋ ਉਸ ਚੀਜ਼ ਨੂੰ ਕਿੱਦਾਂ ਦੇਖਦੇ ਕਿਉਂਕਿ ਸੰਜੇ ਦੱਤ ਨੂੰ ਇਕੱਲੀ ਬਾਲੀਵੁੱਡ ਹੀ ਨਹੀਂ ਜਾਂ ਭਾਰਤ ਦੇ ਨਹੀਂ ਪੰਜਾਬ ਦੇ ਯੂਥ ਵੀ ਬਹੁਤ ਜ਼ਿਆਦਾ ਫੋਲੋ ਕਰਦੇ ਆ ਨਹੀਂ ਮੈਂ ਬਹੁਤ ਲੱਕੀ ਬੰਦਾ ਹਾਂ ਕਿ ਪਹਿਲਾਂ ਤਾਂ ਮੈਂ ਪੰਜਾਬੀ ਹਾਂ ਦੂਜੀ ਗੱਲ ਮੈਂ ਮੇਰੀ ਪੜ੍ਹਾਈ ਹੋਈ ਹੈ ਸਨਾਵਰ ਤੇ ਚੰਡੀਗੜ੍ਹ ਦੇ ਨੇੜੇ ਹੀ ਹੈ ਅਤੇ ਚੰਡੀਗੜ੍ਹ ਵੀ ਮੇਰਾ ਸ਼ਹਿਰ ਹੈ ਅਤੇ ਮੈਂ ਉਹੀ ਕਹਿਣਾ ਚਾਹੁੰਦਾ ਕਿ ਇੰਨਾ ਪਿਆਰ ਮਿਲਿਆ ਹੈ ਯੂ ਨੋ ਅਤੇ ਮੈਂ ਲੱਕੀ ਬੰਦਾ ਐਂਡ ਆਈ ਲਵ ਐਵਰੀਬਾਡੀ ਵੈਸੇ ਤੁਹਾਡੀ ਜਾਦੂ ਵੀ ਜੱਫੀ ਹਰ ਕੋਈ ਐਕਸਪੈਕਟ ਕਰ ਰਿਹਾ ਇਸ ਲਈ ਬਹਿ ਕੇ ਇੱਥੇ ਉਹ ਆ ਜਾਓ ਯਾਰ ਕੁਝ ਜੱਫੀ ਅੱਜ ਮੈਂ ਆ ਵੀ ਜਾਣਾ ਜੇ ਆ ਜਾਓ ਆ ਗਿਆ ਉਪਰੀ 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 ਸਰ ਉੱਪਰ ਸਭ ਤੋਂ ਪਹਿਲਾਂ ਸਾਰੀ ਟੀਮ ਨੂੰ ਬਹੁਤ ਸਾਰਾ ਪਿਆਰ।